ਸੰਦੀਪ ਹਾਂਜੀ ਕਮਲ ਕਦੋਂ ਦਾ ਮਿਸਤਰੀਆਂ ਵੱਲ ਗਿਆ ਆ? ਅਜੇ ਤੱਕ ਇਹਨੂੰ ਮਿਸਤਰੀ ਲੱਭੇ ਹੀ ਨਹੀਂ ਗਏ। ਮਿਸਤਰੀ ਤੇ ਮੰਮੀ ਲੱਭ ਗਏ ਹੋਣੇ ਆ, ਪਰ ਉਹ ਮੈਨੂੰ ਕਹਿੰਦੇ ਸੀ ਵੀ ਨਾਲ ਦੀ ਨਾਲ ਮੈਂ ਭੱਠੇ ਵਾਲਿਆਂ ਵੱਲ ਵੀ ਜਾਣਾ ਆ, ਅਤੇ ਜਿੱਥੋਂ ਸੀਮਟ ਸਰੀਆ ਆਉਣਾ ਵਾ ਉੱਥੇ ਵੀ ਉਹਨਾਂ ਨੇ ਜਾਣਾ ਸੀ। ਕਹਿੰਦੇ ਸੀ ਮੈਂ ਨਾਲੇ ਸਾਈ ਵਸਾਈ ਕਰਾਊਂਗਾ, ਨਾਲੇ ਨੰਬਰ ਲਿਆਊਂਗਾ ਉਹਨਾਂ ਦੇ, ਅਤੇ ਮੈਂ ਉੱਥੇ ਗੱਲਬਾਤ ਕਰੀ ਜਾਇਆ ਕਰੂੰਗਾ ਅਤੇ ਸਿੱਧਾ ਸਮਾਨ ਘਰ ਆ ਜਾਇਆ ਕਰੂੰਗਾ। ਮਗਰੋਂ ਸਾਨੂੰ ਨਾ ਕੋਈ ਕੰਮ ਦੀ ਖਪਾਈ ਕਰਨੀ ਪਊਗੀ, ਫਿਰ ਅਸੀਂ ਜਨਾਨੀਆਂ ਹੋ ਕੇ ਕਿੱਥੇ ਤੁਰੀਆਂ ਫਿਰਾਂਗੇ। ਆਹੋ ਇਹ ਤਾਂ ਤੇਰੀ ਗੱਲ ਠੀਕ ਆ, ਮੈਂ ਆਖਣ ਡਈ ਸੀ ਵੀ ਰੋਟੀ ਵੀ ਨਹੀਂ ਖਾਧੀ, ਆਉਂਦਾ ਸੀ ਆ ਕੇ ਖਾ ਲੈਂਦਾ ਆ। ਆਹੋ ਫਿਰ ਹੁਣ ਟਾਈਮ ਤਾਂ ਲੱਗਣਾ ਹੈ ਜਦੋਂ ਕਿਤੇ ਗੱਲਬਾਤ ਕਰਨੀ ਹੋਵੇ, ਤੁਹਾਨੂੰ ਵੀ ਪਤਾ ਹੀ ਆ ਫਿਰ ਤਿੰਨੀ ਚੋਈ ਥਾਈ ਤਾਂ ਉਹਨਾਂ ਨੇ ਜਾਣਾ ਸੀ। ਆਹੋ ਟਾਈਮ ਤਾਂ ਫਿਰ ਲੱਗਦਾ ਹੀ ਆ। ਹਾਂ ਆ ਗਏ ਜੇ। ਚੱਲ ਵਧੀਆ ਹੋ ਗਿਆ, ਆ ਗਿਆ ਜੇ। ਇੱਥੇ ਮਹਿਫਲ ਲਾ ਕੇ ਬੈਠੀਆਂ ਜੇ। ਮਹਿਫਲ ਕਾਹਦੀ ਲਾਉਣੀ ਆ, ਤੈਨੂੰ ਡੀਕਣ ਡੇ ਇਹ ਵੀ ਆਇਆ ਨਹੀਂ ਅਜੇ। ਪਾਣੀ ਤੇ ਨਹੀਂ ਪੀਣਾ? ਉਹ ਨਹੀਂ, ਪਾਣੀ ਨਹੀਂ ਮੈਂ ਪੀਣਾ। ਉਹ ਹੁਣ ਮੈਂ ਗਿਆ ਸੀ, ਟਾਈਮ ਤੇ ਮੈਨੂੰ ਲੱਗਣਾ ਸੀ ਫਿਰ ਉੱਥੇ। ਆਹੋ ਇਹ ਤੇ ਹੈ ਹੀ ਆ, ਗੱਲਬਾਤ ਸਾਰਿਆਂ ਨਾਲ, ਗੱਲਬਾਤ ਸਾਰਿਆਂ ਨਾਲ ਹੋ ਗਈ ਆ, ਸੀਮਟ ਵਾਲੇ ਨਾਲ ਵੀ, ਰੇਤ ਬਜਰੀ ਉਹ ਕਹਿੰਦਾ ਸਾਰਾ ਕੁਝ ਮੈਂ ਹੀ ਘਲਾਈ ਜਾਊਂਗਾ। ਅੱਛਾ ਠੀਕ ਆ, ਤੇ ਇੱਟਾਂ ਵਾਲੇ ਭੱਠੇ ਤੇ ਵੀ ਗੱਲ ਕਰ ਆਇਆ ਵਾਂ, ਬਾਕੀ ਨੰਬਰ ਮੈਂ ਉਹਨਾਂ ਦੇ ਲੈਣ 'ਤੇ ਆ, ਗੱਲਬਾਤ ਮੈਂ ਸਾਰੀ ਉਹਨਾਂ ਨਾਲ ਕਰ ਲਿਆ ਕਰਨੀ ਆ। ਫਿਰ ਵੀ ਜੇ ਕਿਸੇ ਨਿੱਕੀ ਮੋਟੀ ਚੀਜ਼ ਦੀ ਲੋੜ ਪਵੇ, ਵਿੱਕੀ ਤੇ ਸੋਨੂੰ ਹੈਗੇ ਹੈ ਕਿ ਨਹੀਂ? ਆਹ ਵੱਖ ਹੋਏ ਆ, ਕੋਈ ਲੜੇ ਥੋੜਾ ਵਾ ਦੱਸ, ਜਿਹੜੇ ਮਨਾ ਕਰਦੇ ਲੱਗੇ ਆ। ਉਹਨਾਂ ਨੇ ਤਾਂ ਨਹੀਂ ਮਨਾ ਕਰਨਾ, ਪਰ ਜਿਹੜੀਆਂ ਉਹਨਾਂ ਦੀਆਂ ਨਾਲ ਦੀਆਂ ਵਾ ਨਾ, ਉਹਨਾਂ ਨੇ ਥੋੜੀ ਕੋਈ ਕੰਮ ਕਰਾਉਣ ਦੇਣਾ ਵਾ, ਉਹਨਾਂ ਨੂੰ ਤਾਂ ਤੁਸੀਂ ਜਾਣਦੇ ਹੀ ਆ ਨਾ ਚੰਗੀ ਤਰ੍ਹਾਂ। ਉਹ ਨਹੀਂ ਕੋਈ ਗੱਲ ਨਹੀਂ ਯਾਰ, ਇੱਡੀ ਥੋੜਾ ਚੱਕਰ ਵਾ, ਉਹਨੂੰ ਯਕੀਨ ਹੋਏਗਾ ਆਪਣੇ ਭਰਾਵਾਂ ਤੇ। ਨਹੀਂ ਉਹ ਤਾਂ ਚਲੋ ਨਹੀਂ ਮਨਾ ਕਰਦੇ, ਭਰਾਵਾਂ ਦਾ ਮੈਨੂੰ ਪਤਾ ਵਾ ਇੱਡੇ ਵੀ ਨਹੀਂ ਉਹ ਹੈਗੇ ਮਾੜੇ, ਉਹ ਤੇ ਵਿਚਾਰੇ ਕੰਮ ਕਰ ਹੀ ਦੇਣਗੇ, ਪਰ ਬਾਅਦ ਵਿੱਚ ਉਹ ਫਸ ਜਾਂਦੇ ਆ, ਫਿਰ ਉਹਨਾਂ ਦੇ ਘਰ 'ਚ ਪੈਂਦੀ ਆ ਲੜਾਈ। ਲੜਾਈ ਤੇ ਨਾ ਕੋ ਕਹਿਣ ਜੋਗੇ, ਹਾਂ ਤੇ ਨਾ ਉਹ ਵਿਚਾਰੇ ਕੰਮ ਕਰਨ ਜੋਗੇ। ਇੱਕ ਹੀ ਕੰਮ ਕਰਾ ਲਿਆ ਨਾ ਤੇ ਪਤਾ ਕੀ ਗੱਲਾਂ ਬਣ ਜਾਣੀਆਂ ਵਾ, ਆਪ ਉਹ ਬਾਹਰ ਕਮਾਈ ਕਰਨ ਡਿਆ, ਤੁਸੀਂ ਇੱਥੇ ਉਹਨਾਂ ਦੇ ਕੰਮ ਕਰਦੇ ਫਿਰਦੇ, ਤੁਹਾਨੂੰ ਆਪਣੇ ਘਰ ਦੀ ਫਿਕਰ ਨਹੀਂ, ਤੁਸੀਂ ਲੋਕਾਂ ਦੇ ਕੰਮ ਕਰਨ ਜੋਗੇ ਰਹਿਣਾ ਵਾ, ਆਹ ਚੀਜ਼ ਮੁੜ ਕੇ ਸੁਣਨ ਨੂੰ ਮਿਲਣੀ ਆ। ਫਿਰ ਦੱਸੋ ਕਰਨਾ ਕੀ ਜੇ? ਕਰਨਾ ਕਿਉਂ, ਤੁਸੀਂ ਨੰਬਰ ਲੈ ਆਏ ਆ। ਨੰਬਰ ਮੈਂ ਬੇਸ਼ੱਕ ਲੈ ਆਇਆ ਵਾਂ, ਪਰ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਛੋਟੀਆਂ ਮੋਟੀਆਂ ਚੀਜ਼ਾਂ ਦੀ ਲੋੜ ਪਈ ਰਹਿੰਦੀ, ਮਿਸਤਰੀ ਕਰ ਲੱਗਦੇ ਨਾ ਤੇ ਖਲੋਣ ਨਹੀਂ ਹੁੰਦਾ। ਫਿਰ ਇੱਦਾਂ ਕਰਿਓ, ਘਰ ਤੱਕ ਨਾ ਹੀ ਗੱਲ ਪਹੁੰਚੇ, ਬਾਹਰੇ ਬਾਹਰ ਹੀ ਆਪਣੇ ਭਰਾਵਾਂ ਨੂੰ ਫੋਨ ਕਰਕੇ ਨਾ, ਤੇ ਬਾਹਰੋਂ ਬਾਹਰ ਹੀ ਕੰਮ ਕਰਾ ਦਿਆ ਕਰਿਓ ਜੇ ਕੋਈ ਗੱਲ ਦੀ ਲੋੜ ਪਏਗੀ ਤੇ। ਆਹੋ ਜ਼ਰੂਰ ਰੌਲਾ ਪਾਉਣਾ ਵਾ ਵੀ ਆਹ ਕੰਮ ਕਰ ਦਿਓ ਤੇ ਆਹ ਕਰ ਦਿਓ, ਫੋਨ ਤੇ ਜਿਹੜੀ ਗੱਲ ਕਰਨੀ ਉਹਨਾਂ ਨਾਲ ਕਰ ਲਈ। ਚਲੋ ਵੇਖ ਲਾਂਗੇ, ਬਾਕੀ ਕੋਈ ਨਹੀਂ ਮੈਂ ਕਰ ਜੂੰਗਾ ਗੱਲ, ਹੁਣ ਵੀ ਏਡੀ ਥੋੜ੍ਹਾ ਗੱਲ ਆ, ਚਲੋ ਉਹਨਾਂ ਤੋਂ ਚੋਰੀ ਕਹਿ ਦਾਂਗਾ ਉਹਨਾਂ ਨੂੰ, ਮਾਸਾ ਹੋਰ ਕੀ ਆ। ਆਹ ਤੇ ਜੁੱਤੀ ਮੈਨੂੰ ਬੜੀ ਵੱਡੀ ਆ, ਇੱਦਾਂ ਕਰਾਂਗੀ ਜਿੱਦਣ ਹੁਣ ਮੈਂ ਆਪਣੇ ਗਈ ਨਾ ਭਰਾ ਕੋਲ ਅਤੇ ਭਾਬੀ ਨੂੰ ਦੇ ਆਉਣੀ ਆ, ਉਂਝ ਵੀ ਨਾ ਮੈਨੂੰ ਆਉਂਦੀ ਨਹੀਂ ਹੈਗੀ ਅਤੇ ਰੰਗ ਵੀ ਬੜਾ ਜਿਹਾ ਗੂੜਾ ਜਿਹਾ ਵਾ। ਪ੍ਰੀਤ ਆ ਗਿਆ, ਇਹਨੂੰ ਪਤਾ ਲੱਗ ਗਿਆ ਨਾ ਕਿ ਜੁੱਤੀਆਂ ਦੁਆਲੇ ਹੋਈ ਤੇ ਇਹਨੂੰ ਮੈਂ ਦੁਆਲੇ ਹੋਣਾ। ਇੱਧਰ ਕੀ ਕਰਨ ਡਈ ਆ? ਉਹ ਕੁਛ ਨਹੀਂ, ਸਟੋਰ 'ਚ ਖਲਾਰਾ ਬੜਾ ਪਿਆ ਸੀ ਅਤੇ ਮੈਂ ਕਿਹਾ ਸਾਫ਼ ਸਫਾਈ ਕਰ ਦਿੰਦੀ ਹਾਂ, ਅਤੇ ਉਹ ਤੁਸੀਂ ਜਿਹੜੇ ਕੰਮ ਗਏ ਸੀ ਕੀ ਕਹਿੰਦਾ ਏਜੰਟ? ਫਿਰ ਏਜੰਟ ਨੇ ਦੱਸਿਆ ਵਾ ਕਹਿੰਦਾ ਜੇ ਤੇ ਜਾਣਾ ਇੰਗਲੈਂਡ ਫਿਰ ਤੇ ਤੁਹਾਡਾ ਰੁਪਈਆ ਕਹਿੰਦਾ 24 ਲੱਖ ਲੱਗ ਜਾਣਾ। ਹਾਏ ਰੱਬਾ, 24 ਲੱਖ? ਵਿੱਕੀ ਸਾਰੀ ਰਕਮ ਦਾ ਤੇ ਲੱਖ ਵੱਢਿਆ ਜਾਣਾ, 24 ਲੱਖ ਉੱਧਰ ਚੱਲ ਗਿਆ ਅਤੇ ਮਗਰ ਸਾਡੇ ਕੋਲ ਕੀ ਭਜਣਾ ਵਾ? ਫਿਰ ਹੁਣ ਕੀ ਕਰਨਾ, ਚੱਜ ਦੀ ਕੰਟਰੀ 'ਚ ਜਾਣਾ ਫਿਰ ਪੈਸੇ ਤਾਂ ਲੱਗਣੇ ਹੀ ਆ।
ਨਾਲੇ ਉਂਝ ਵੀ ਸਾਰੇ ਜਣੇ ਆਉਂਦੇ ਆ ਕਿ ਇੰਗਲੈਂਡ 'ਚ ਤਾਂ ਕੋਈ ਪੱਕਾ ਨਹੀਂ ਹੁੰਦਾ ਵੀ ਰਹਿਣ ਦਿਓ ਤੁਸੀਂ, ਐਵੇਂ ਤੁਸੀਂ ਸਾਰੀ ਉਮਰ ਉੱਥੇ ਕੱਢ ਲਓ ਕਿ ਮੈਂ ਇੱਥੇ ਬੁੱਢੀ ਹੋ ਜਾਣਾ ਇਕੱਲੀ ਨੇ। ਕਿਤੇ ਨਹੀਂ ਤੂੰ ਬੁੱਢੀ ਹੋ ਚੱਲੀ, 5-7 ਸਾਲ ਕੰਮ ਕਰਕੇ ਤਾਂ ਮੈਂ ਆ ਹੀ ਜਾਣਾ। ਹੱਦ ਹੋਈ ਹੈ ਤੁਹਾਡੇ ਵਾਲੀ, 5-7 ਸਾਲ ਬਾਅਦ ਫਿਰ ਤੁਸੀਂ ਫਿਰ ਇੱਥੇ ਆਉਣਾ, ਫਿਰ ਤਾਂ ਤੁਸੀਂ ਇਹਨਾਂ ਕੰਮਾਂ ਦੇ ਵਿੱਚ ਹੀ ਰਹੋਗੇ। ਚੁੱਪ ਕਰਕੇ ਉਸ ਮੁਲਕ ਦੇ ਵਿੱਚ ਜਾਓ ਜਿੱਥੇ ਤੁਹਾਡਾ ਕੰਮ ਵੀ ਸੈੱਟ ਬਹਿ ਜੇ, ਅਤੇ ਮੈਨੂੰ ਵੀ ਤੁਸੀਂ ਉੱਥੇ ਬੁਲਾ ਲਿਓ, ਮੈਨੂੰ ਫਿਰ ਤੁਸੀਂ ਇੱਥੇ ਜੋਗੀ ਰਹਿਣ ਦੇਣਾ ਵਾ। ਮੈਂ ਬਾਹਰ ਚੱਲਿਆ ਸਿਰਫ ਕਮਾਈ ਕਰਨ ਵਾਸਤੇ, ਪੱਕੇ ਹੋਣ ਵਾਸਤੇ ਨਹੀਂ, ਮੈਂ ਆਪਣਾ ਪੰਜਾਬ ਕਦੀ ਵੀ ਨਹੀਂ ਛੱਡਣਾ। ਵਿੱਕੀ ਆਹ ਕੰਮ ਨਹੀਂ ਜੀ ਵਾਰਾ ਪੂਰਾ ਖਾਣਾ ਹੈਗਾ, ਫਿਰ ਨਾ ਕਿਉਂਕਿ ਇਹਨੇ ਫਿਰ ਮੇਰੇ ਨਾਲ ਲੜਾਈ ਪਾਲੀ ਆ। ਤਾਂ ਹੋਰ ਕਿਹੜਾ ਕੰਮ ਵਾਰਾ ਖਾਣਾ ਫਿਰ, ਜਿਹੜਾ ਕੰਮ ਤੂੰ ਫੜਿਆ ਇਹ ਵਾਰਾ ਖਾਂਦਾ ਵਾ? ਨਹੀਂ, ਕਿਹੜਾ ਮੈਂ ਕੰਮ ਫੜਿਆ? ਕਿਹੜਾ ਮੈਂ ਫੜਿਆ, ਚੰਗਾ ਭਲਾ ਸਾਰਾ ਕੁਛ ਚੱਲਣ ਡਿਆ ਸੀ ਵਧੀਆ, ਉਹ ਤੁਹਾਨੂੰ ਪਚਿਆ ਨਹੀਂ ਹੈਗਾ, ਅੱਡੋ ਅੱਡ ਕਰਾ ਕੇ ਸਾਰਿਆਂ ਨੂੰ, ਤਾਂ ਹੁਣ ਮੈਂ ਇਹੋ ਜਿਹੀ ਉੱਥੇ ਨਹੀਂ ਜਾਣ ਦੇਣਾ। ਹਾਏ ਰੱਬਾ, ਮੈਨੂੰ ਚੁੱਕ ਲਾ ਇਸ ਦੁਨੀਆ ਤੋਂ, ਇਸ ਘਰ ਦੇ ਵਿੱਚੋਂ, ਫਿਰ ਇਸ ਬੰਦੇ ਦੀ ਖਲਾਸੀ ਹੋਣੀ ਆ। ਹਰ ਗੱਲ 'ਚ ਮੇਰਾ ਨਾਲ ਆਉਂਦੇ ਜੇ ਕਿ ਤੂੰ ਵੱਖ ਕਰਾਇਆ, ਤੂੰ ਵੱਖ ਕਰਾਇਆ। ਮੈਂ ਕਿਹਾ ਤੁਹਾਡੇ ਸਿਰ 'ਚ ਕੁਝ ਖਾ ਕੇ ਮਰ ਜਾਣਾ, ਫਿਰ ਤੁਹਾਨੂੰ ਲੱਗ ਜਾਣਾ ਜੇ ਪਤਾ ਕਿ ਮੈਂ ਵੱਖ ਕਰਾਇਆ ਕਿ ਕਿਹਨੇ ਤੁਹਾਨੂੰ ਵੱਖ ਕਰਾਇਆ ਵਾ। ਮਰਦੀ ਵੀ ਨਹੀਂ ਤੂੰ, ਕਹਿੰਦੀ ਰਹਿੰਦੀ ਆ। ਮਰ ਹੀ ਜਾਣਾ ਕਿਸੇ ਦਿਨ, ਫਿਰ ਲੱਗ ਹੀ ਜਾਣਾ, ਤੁਹਾਨੂੰ ਪਤਾ। ਵੇਖ ਲਾਂਗੀ ਨਾ ਕਿੰਨਾ ਕੁ ਚਿਰ ਤੁਹਾਨੂੰ ਤੁਹਾਡੀਆਂ ਭਰਜਾਈਆਂ ਅਤੇ ਤੁਹਾਡੀ ਮੰਮੀ ਤੁਹਾਨੂੰ ਪਕਾ ਕੇ ਖਵਾਲਦੀ ਆ। ਅੱਛਾ, ਆਹੋ, ਐਵੇਂ ਦਿਮਾਗ ਨਾ ਖਰਾਬ ਕਰੀ ਜਾ, ਪੈਸੇ ਤਾਂ ਲੱਗਣੇ ਹੀ ਆ, ਜੇ ਉੱਥੇ ਨਹੀਂ ਜਾਣਾ ਤਾਂ ਫਿਰ ਇਟਲੀ ਦਾ ਬਣਦਾ ਹੀ, ਉਹ 17 ਲੱਖ ਰੁਪਇਆ ਮੰਗਦਾ ਸੀ। ਫਿਰ 17 ਲੱਖ ਅਤੇ 24 ਲੱਖ 'ਚ ਫਰਕ ਕੀ ਰਹਿ ਗਿਆ ਵਾ? ਚੱਲ ਠੀਕ ਆ, ਫਿਰ ਮੈਂ ਸਾਊਦੀ ਅਰਬ ਚੱਲ ਜਾਂਦਾ ਰੁਪਇਆ ਲੱਖ ਲਾ ਕੇ, ਫਿਰ ਉੱਥੇ ਜਾ ਕੇ ਰੁਪਇਆ ਵੀ 30-40 ਹਜ਼ਾਰ ਹੀ ਬਣਨਾ ਸਾਰਾ। ਉਹ ਤਾਂ ਫਿਰ ਇਹੀ ਗੱਲ ਆ ਨਾ, ਟਾਈਮ ਵੇਸਟ ਕਰਕੇ ਆ ਜਾਣਾ ਤੁਸੀਂ। ਵੇਸਟ ਕਿਉਂ ਕਰਨਾ, ਫਿਰ ਮੈਂ ਉੱਥੇ 10-20 ਸਾਲ ਕਮਾਈ ਕਰੂੰਗਾ, ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਜਾ ਕੇ 5-6 ਸਾਲਾਂ 'ਚ ਪੂਰੀ ਹੋ ਜਾਣੀ, ਉੱਥੇ ਉਹ ਫਿਰ ਡਬਲ ਕੰਮ ਕਰਨਾ ਪੈਣਾ ਮੈਨੂੰ, ਗੱਲ ਤਾਂ ਫਿਰ ਇੱਕੋ ਹੀ ਆ, ਫਿਰ ਸਾਰੀ ਉਮਰ ਮੇਰੀ ਬਾਹਰ ਹੀ ਨਿਕਲ ਜੂਗੀ, ਫਿਰ ਤੂੰ ਚੰਗੀ ਰਹੀ। ਮੈਂ ਤਾਂ ਕਹਿਣ ਡੀ ਸੀ ਕਿ ਚੱਲ ਇੰਨੇ ਪਲਾਟ ਵੀ ਵੇਚੇ ਆ ਅਤੇ ਚੱਲ ਪੈਸੇ ਵੀ ਜਮ੍ਹਾਂ ਹੋ ਜਾਣ। ਉਹ ਫਿਰ ਕਿਸੇ ਪਾਸੇ ਵੀ ਲੱਗ, ਨਾ ਚੰਗੇ ਮੁਲਕ ਜਾਣ ਦਿੰਦੀ, ਨਾ ਮਾੜੇ ਮੁਲਕ ਜਾਣ ਦਿੰਦੀ ਆ, ਨਾ ਮਹਿੰਗੇ ਮੁਲਕ ਜਾਣਾ, ਨਾ ਸਸਤੇ ਮੁਲਕ, ਫਿਰ ਮੈਂ ਕੀ ਕਰਾਂ ਦੱਸ? ਮੋਟੇ ਦਿਮਾਗ ਦੀ ਨਾ ਹੋਵੇ ਤੇ ਕਿਸੇ ਬੰਨੇ ਲੱਗਣ ਹੀ ਨਹੀਂ ਦਿੰਦੀ। ਪੈਸੇ ਜਮ੍ਹਾਂ ਕਰਾ ਲਾ ਫਿਰ, ਉਹਨਾਂ ਪੈਸਿਆਂ ਨਾਲ ਤਾਂ ਨਹੀਂ ਸਰਨਾ ਸਾਰੀ ਉਮਰ, ਜਿਹੜੀਆਂ ਹੈਗੀਆਂ 2 ਦੁਕੀਆਂ ਖਾ ਡਾ ਕੇ ਤੇ ਫਿਰ ਹੋ ਜਾਓ ਵਿਹਲੇ, ਫਿਰ ਵੇਖੀ ਜਾਈ ਮੇਰੇ ਮੂੰਹ ਵੱਲ। ਮੇਰੇ ਦੁਆਲੇ ਕਿਹੜੀ ਗੱਲ ਹੋਣ ਡਿਆ, ਜਿਹੜਾ ਕੰਮ ਕਰਨਾ ਜਾਓ ਫਿਰ ਕਰੋ ਵੀ, ਮੈਨੂੰ ਕਾਹਤੋਂ ਪੁੱਛਣਾ ਆਏ ਜੀ ਜਦੋਂ ਮੇਰੀ ਮੰਨਣੀ ਨਹੀਂ ਹੈਗੀ। ਚੱਲ ਠੀਕ ਆ, ਮੈਂ ਕੋਈ ਇੱਥੇ ਨਿੱਕੀ ਮੋਟੀ ਦੁਕਾਨ ਪਾ ਲੈਂਦਾ, ਇੱਥੇ ਖੋਲ੍ਹ ਲੈਂਦੇ ਆਪਣਾ ਕੋਈ ਕੰਮ। ਉਹ ਨਹੀਂ ਨਹੀਂ ਹਾਂ ਨਾ, ਕਿਤੇ ਗਲਤੀ ਕਰ ਬੈਠੇ ਹੋ, ਜੇ ਤੁਸੀਂ ਇੱਥੇ ਕੰਮ ਖੋਲ੍ਹ ਲੈਣਾ ਤਾਂ ਰਿਸ਼ਤੇਦਾਰਾਂ ਨੇ ਨਹੀਂ ਛੱਡਣਾ, ਉਹਨਾਂ ਨੇ 3 ਦਿਨ ਆ ਕੇ ਦੁਕਾਨ 'ਤੇ ਬਹਿ ਜਿਆ ਕਰਨਾ, ਕਦੀ ਕੋਈ ਚੀਜ਼ ਮੰਗ ਕੇ ਲੈ ਜਾ ਕਰਨੀ, ਕਦੀ ਕੋਈ ਚੀਜ਼, ਕਦੀ ਪਿੰਡ ਵਾਲਿਆਂ ਨੇ ਚੱਲ ਜਿਆ ਕਰਨਾ, ਪੈਸੇ ਤਾਂ ਉਹਨਾਂ ਨੇ ਨਹੀਂ ਤੁਹਾਡੇ ਟਿਕਣ ਦੇਣੇ, ਇੱਥੇ ਨਹੀਂ ਕੋਈ ਵੀ ਕੰਮ ਖੋਲ੍ਹਣਾ ਅਤੇ ਨਾ ਇੱਥੇ ਬਾਹਰ ਹੀ ਖਾਣਾ ਜੀ। ਚੱਲ ਠੀਕ ਆ, ਫਿਰ ਇੰਗਲੈਂਡ ਚੱਲ ਜਾਂਦਾ। ਉੱਥੇ ਤੁਸੀਂ ਪੱਕੇ ਨਹੀਂ ਹੋਣਾ? ਤਾਂ ਫਿਰ ਇਟਲੀ ਚੱਲ ਜਾਂਦਾ ਵਾ, ਉੱਥੇ ਵੀ ਤਾਂ ਕਿੰਨੇ ਪੈਸੇ ਲੱਗ ਹੀ ਜਾਣੇ ਆ। ਤਾਂ ਫਿਰ ਸਾਊਦੀ ਅਰਬ ਚੱਲ ਜਾਂਦਾ ਵਾ, ਉੱਥੇ ਤਾਂ ਪੈਸੇ ਘੱਟ ਹੋਣੇ ਆ। ਆਇਓ ਮੇਰਾ ਰੱਬਾ, ਮੋਟੇ ਦਿਮਾਗ ਦੀ ਜਨਾਨੀ, ਕਿੱਥੋਂ ਪੱਲੇ ਪੈ ਗਈਆਂ ਤੂੰ ਮੇਰੇ, ਕੋਈ ਹਾਲ ਨਹੀਂ ਤੇਰਾ। ਹਾਏ ਆਂਦੇ ਮੋਟੇ ਦਿਮਾਗ ਦੀ, ਇੰਨੀਆਂ ਵਾਰੀਆਂ ਮੈਂ ਇਹਨਾਂ ਨੂੰ ਸਲਾਹਾਂ ਦੇ ਰਹੀ ਹਾਂ, ਅੱਜ ਮੈਂ ਮੋਟੇ ਦਿਮਾਗ ਦੀ ਹਾਂ, ਕੋਈ ਹਾਲ ਨਹੀਂ ਇਸ ਟੱਬਰ ਦਾ ਵੀ। ਆਪ ਆਪਣਾ ਇਹ ਮੋਟੇ ਦਿਮਾਗ ਦਾ ਨਹੀਂ ਹੈਗਾ, ਮੈਨੂੰ ਤਾਂ ਲੱਗਦਾ ਜਮ੍ਹਾਂ ਹੀ ਆਪਣੀ ਮਾਂ 'ਤੇ ਗਿਆ ਵਾ। ਨਜੀਤਾ ਆ ਕਰ ਰਹੀ ਹੈ? ਮੈਨੂੰ ਨਾ ਅੰਦਰ ਬੜਾ ਹੀ ਔਖਾ ਸਾਹ ਆਉਣ ਡਿਆ ਸੀ, ਮੈਂ ਇੱਥੇ ਫੁੱਲਾਂ ਲੱਗ ਗਈ ਨਾ, ਮੇਰਾ ਥੋੜ੍ਹਾ ਜਿਹਾ ਸਾਹ ਸੌਖਾ ਹੋ ਗਿਆ ਵਾ, ਘੁੱਟਣ ਜਿਹੀ ਮਹਿਸੂਸ ਹੋਣ ਡਈ ਮੈਨੂੰ। ਜਿਹੋ ਜਿਹੇ ਤੇਰੇ ਕੰਮ ਆ ਨਾ, ਤੂੰ ਭਾਵੇਂ ਅੰਦਰ ਚੱਲ ਜਾ ਅਤੇ ਭਾਵੇਂ ਬਾਹਰ ਚੱਲ ਜਾ, ਤੈਨੂੰ ਘੁੱਟਣ ਹੀ ਮਹਿਸੂਸ ਹੋਣੀ ਹੈ। ਖਾ ਕੇ ਬਰਗਰ ਵਰਗੀ ਬਣਦੀ ਜਾਣੀ ਹੈ। ਹਾਏ ਨਹੀਂ, ਮੇਰੀ ਇੱਥੇ ਜਾਣ 'ਚ ਜਾਣ ਆਈ ਆ,
ਇੰਜ ਕਰੋ, ਇੰਨੇ ਪੈਸੇ ਮਿਲੇ ਨਾ ਸਾਨੂੰ, ਮੈਂ ਆਉਂਦੀ ਹਾਂ, ਬਸ ਇੱਕ ਵਾਰੀ ਮੈਨੂੰ ਪਾਲਟੀ ਖਵਾਲ ਦਿਓ, ਬਰਗਰ ਖਵਾਲ ਦਿਓ, ਫਿਰ ਮੈਂ ਸਭ ਕੁਝ ਬੰਦ ਕਰ ਦੇਣਾ, ਸਿਰਫ ਦਾਲ ਫੁਲਕਾ ਖਾਇਆ ਕਰਨਾ ਤੇ ਇੱਥੇ ਕੁਦਰਤ ਨਾਲ ਪਿਆਰ ਕਰਿਆ ਕਰਨਾ। ਕੁਦਰਤ ਚ ਕੁਦਰਤ ਜੀ ਲੱਗਦੀ ਏ, ਅਜੇ ਹੁਣ ਤੂੰ ਕਹਿਣ ਡਈ ਹੈ ਮੇਰਾ ਸਾਹ ਔਖਾ ਹੋਣ ਡਿਆ ਵਾ ਤੇ ਹੁਣ ਫਿਰ ਮੰਗੀ ਜਾਣ ਦੀ ਖਾਣ ਨੂੰ? ਨਹੀਂ, ਸਾਹ ਹੋ ਗਿਆ ਸੌਖਾ ਮੇਰਾ, ਇੱਡੀ ਛੇਤੀ ਹੋ ਵੀ ਗਿਆ? ਆਹ ਵੇਖੋ ਮੈਂ ਕੁਦਰਤ ਚ ਬੈਠੀ ਆ, ਸਾਹ ਮੇਰਾ ਸੌਖਾ ਹੋਣਾ। ਚੱਲ ਤਾਂ ਵੀ ਚੰਗਾ ਵਾ, ਤੇਰਾ ਸਾਹ ਸੌਖਾ ਹੋ ਗਿਆ ਵਾ, ਨਹੀਂ ਤਾਂ ਜਿਹੜੇ ਹਿਸਾਬ ਨਾਲ ਤੂੰ ਚੱਲਣ ਡਈ ਆ ਨਾ, ਤੇਰਾ ਸਾਹ ਕਿਤੇ ਇਹਦੇ ਵਿੱਚੇ ਰਹਿ ਜਾਣਾ ਵਾ। ਮੈਂ ਅਜੇ ਬਹੁਤਾ ਸਾਹ ਸੌਖਾ ਹੁੰਦਾ ਨਾ ਇੱਥੇ ਆਣ ਕੇ, ਤੂੰ ਇੱਥੇ ਮੰਜੀ ਡਾਲਾ। ਆਹੋ ਇੱਥੇ ਮੰਜੀ ਡਾ ਕੇ ਤੁਹਾਡਾ ਇਰਾਦਾ ਵੀ ਮੱਛਰ ਮੈਨੂੰ ਲੜ ਜਾਏ ਤੇ ਮੈਨੂੰ ਹੋ ਜਾਏ ਮਲੇਰੀਆ। ਉਹ ਮੱਛਰ ਤਾਂ ਤੇਰੇ ਤੇ ਕਦੇ ਵੀ ਨਹੀਂ ਪੈਣਾ, ਜੇ ਜਾ ਤੂੰ ਸੂਟ ਪਾਇਆ ਵਾ, ਚੰਗਿਆੜੀ ਤੇ ਬਣੀ ਫਿਰਨ ਡਈ ਆ, ਮੱਛਰ ਨੇ ਆ ਕੇ ਤੇ ਬਹਿ ਕੇ ਮਰਨਾ ਵਾ। ਉਹ ਜਾਊਗਾ, ਐਵੇਂ ਨਾ ਆਪਣੀਆਂ ਮਾਰੀ ਜਾਇਆ ਕਰੋ। ਤੁਸੀਂ ਮੈਨੂੰ ਇਹ ਦੱਸੋ ਵੀ ਕਿੱਦਣ ਪਾਰਟੀ ਦੇਣੀ ਆ ਤੇ ਮੈਨੂੰ ਕੋਈ ਖਵਾਲ ਪਿਆਲ ਦਿਓ, ਮੁੜ ਕੇ ਤੇ ਮੈਂ ਸਭ ਕੁਝ ਬੰਦ ਕਰ ਹੀ ਦੇਣਾ ਵਾ। ਚੱਲ ਜਾਂਦੀ ਵਾਰ ਦਾ ਇੱਕ ਵਾਰੀ ਖਾ ਲਾਂ ਮੈਂ। ਜਾਂਦੀ ਵਾਰ ਦਾ ਕਿੱਥੇ ਜਾਣਾ ਤੂੰ, ਮਰ ਜਾਣਾ ਵਾ? ਨਹੀਂ ਮੈਂ ਤਾਂ ਨਹੀਂ ਜਾਣਾ ਕਿਤੇ, ਪਰ ਮੈਂ ਸਭ ਕੁਝ ਤਿਆਗ ਦੇਣਾ, ਮੈਂ ਕੁਛ ਨਹੀਂ ਖਾਇਆ ਕਰਨਾ, ਸਿਰਫ ਦਾਲ ਫੁਲਕਾ ਇਹੋ ਕੁਛ ਹੀ ਖਾਇਆ। ਚੱਲ ਕੋਈ ਗੱਲ ਨਹੀਂ, ਇਹ ਵੀ ਤੇਰੀ ਰੀਝ ਲਾ ਦੇਣਾ ਵਾ, ਕਹਿੰਦੇ ਤੁਹਾਨੂੰ ਖੜ ਕੇ ਨਾ ਹੋਟਲ ਤੇ ਰੱਜ ਕੇ ਖਵਾ ਕੇ ਲਿਆਉਣਾ ਵਾ, ਜਿੰਨਾ ਚਿਰ ਤੂੰ ਮਰਨਾ ਨਾ ਗਈ ਉਨਾ ਚਿਰ ਤੱਕ ਹਟਣਾ ਨਹੀਂ ਖਵਾ ਲੈਣਾ। ਨਹੀਂ ਮਰਨਾ ਤਾਂ ਨਹੀਂ ਮੈਂ ਅਜੇ। ਹਾਂ ਨਾ ਨਾ, ਮਰਨ ਦਾ ਨਾਂ ਨਾ ਜਿਲਿਓ। ਚੱਲ ਨਾਂ ਦੇ ਨਹੀਂ ਅਜੇ ਹੈਗਾ, ਬਸ ਲਾਸਟ ਵਾਰੀ ਖਾਣਾ ਏ ਤੇ ਫਿਰ ਮੈਂ ਲੰਗਰ ਹੀ ਖਾਇਆ ਕਰਨਾ, ਹੋਰ ਕੁਛ ਨਹੀਂ ਖਾਇਆ ਕਰਨਾ। ਅੱਛਾ, ਵੇਖ ਲਾਂਗੇ ਭਲਾ। ਆਹੋ ਚੱਲ ਮੈਂ ਘੜੀ ਬਹਿਲਾਂ, ਇਹਦੇ ਹੋਰ ਫੁੱਲਾਂ ਲੱਗ ਗਏ। ਬਹਿਲਾ ਬਹਿਲਾ ਵਿੱਚ ਹੀ ਵੜ ਜਾ ਬੂਟਿਆਂ 'ਚ। ਆਹੋ ਮੈਂ ਘੜੀ ਹੋਰ ਨਾ ਸੁਗੰਧ ਲੈ ਲਾਂ ਇਹਨਾਂ ਦੀ। ਉਹਦਾ ਕੋਈ ਹਾਲ ਨਹੀਂ, ਇਹਦਾ ਮੈਨੂੰ ਕੋਈ ਸੁੱਜਣ ਉੜ ਨਹੀਂ ਡਿਆ ਵੀ ਗਾਂਹ ਕੀ ਕਰਨਾ ਵਾ, ਅਤੇ ਇਹਦਾ ਖਾਣ ਵਾਲੀ ਧਿਆਨ ਆ, ਇਹੋ ਜਿਹੀ ਖਾਊ ਯਾਰ ਜਨਾਨੀ ਵੀ ਨਾ ਕਿਸੇ ਦੇ ਪੱਲੇ ਪੈ ਜਾਵੇ। ਕਵਲ ਹੁਣ ਹੁਣ ਚੇਤਾ ਕਰ ਲਓ, ਫਿਰ ਤੁਸੀਂ ਉੱਥੇ ਜਾ ਕੇ ਆਉਂਦੇ ਹੁੰਦੇ ਹਨ, ਨਿੱਕੀ ਨਿੱਕੀਆਂ ਚੀਜ਼ਾਂ ਕਈ ਰਹਿ ਗਈਆਂ ਇਹ ਮੇਰੀਆਂ। ਸੰਦੀਪ, ਚੀਜ਼ ਦਾ ਚੇਤਾ ਇੱਦਾਂ ਨਹੀਂ ਆਉਂਦਾ ਹੁੰਦਾ, ਜਦੋਂ ਲੋੜ ਪੈਂਦੀ ਆ ਨਾ ਉਦੋਂ ਹੀ ਚੇਤੇ ਆਉਂਦੀ ਆ ਚੀਜ਼, ਇੱਦਾਂ ਨਹੀਂ ਬਥੇਰਾ ਕੁਛ ਸੋਚ ਲਿਆ, ਕੱਲ੍ਹ ਦਾ ਸੋਚਣ ਹੀ ਰਹੇ ਹਾਂ ਕਿਹੜੀ ਚੀਜ਼ ਖੜਨੀ ਕਿਹੜੀ ਨਹੀਂ ਖੜਨੀ, ਪਰ ਚੇਤਾ ਉਦੋਂ ਹੀ ਆਉਂਦਾ ਜਦੋਂ ਉਹਦੀ ਜ਼ਰੂਰਤ ਪੈਂਦੀ ਆ, ਜ਼ਰੂਰਤ ਤੋਂ ਬਿਨਾਂ ਨਹੀਂ। ਸਮਾਨ ਤਾਂ ਸਾਰਾ ਆਪਣਾ ਓਕੇ ਹੋ ਗਿਆ ਵਾ ਹੈ ਮੰਮੀ? ਕਿਹੜੀਆਂ ਸੋਚਾਂ 'ਚ ਪਏ ਆ? ਕੀ ਗੱਲ ਆ, ਜੀ ਨਹੀਂ ਕਰਦਾ ਘਲਾਉਣ ਨੂੰ? ਕਵਲ, ਕੋਈ ਮਾਂ ਨਹੀਂ ਚਾਹੁੰਦੀ ਵੀ ਮੇਰਾ ਪੁੱਤ ਸੱਤ ਸਮੁੰਦਰਾਂ ਤੋਂ ਪਾਰ ਪ੍ਰਦੇਸਾਂ 'ਚ ਹੋਵੇ। ਕੀ ਕਰਨਾ ਮਾਤਾ, ਕੰਮ ਤਾਂ ਫਿਰ ਕਰਨਾ ਹੀ, ਜੀ ਤਾਂ ਸਾਡਾ ਵੀ ਕਰਦਾ ਵਾ ਵੀ ਇੱਥੇ ਰਹੀਏ ਆਪਣੇ ਪਰਿਵਾਰ ਦੇ ਵਿੱਚ, ਸਾਰੇ ਟੱਬਰ ਦੇ ਨਾਲ ਹੱਸੀਏ ਖੇਡੀਏ। ਕਈ ਵਿਛੜ ਜਾਂਦੇ ਨੇ, ਕਈ ਵਿਆਹੇ ਜਾਂਦੇ ਨੇ, ਜਿਨ੍ਹਾਂ ਦੇ ਨਾਲ ਬਚਪਨ ਦੇ ਵਿੱਚ ਖੇਡੇ ਹੋਈ ਦਾ ਵਾ ਉਹ ਪਤਾ ਨਹੀਂ ਕਿੱਥੇ ਕਿੱਥੇ ਡਾਰੀਆਂ ਮਾਰ ਜਾਂਦੇ ਨੇ, ਮੁੜ ਕੇ ਕਦੀ ਮਿਲਣਾ ਹੀ ਨਹੀਂ ਹੁੰਦਾ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ, ਪਰ ਕਰੀਏ ਕੀ, ਰੱਬ ਨੇ ਜਿੱਥੇ ਜਿੱਥੇ ਚੋਗ ਖਿਲਾਰੀ ਆ ਚੁਗਣੀ ਤਾਂ ਪੈਣੀ ਆ। ਇਹੋ ਤੇ ਗੱਲ ਆ, ਕੰਮ ਵਾਸਤੇ ਪੁੱਤਾਂ ਨੂੰ ਪ੍ਰਦੇਸਾਂ 'ਚ ਘਲਾਉਣਾ ਪੈਂਦਾ ਵਾ ਮਜਬੂਰੀ ਕਰਕੇ, ਕਿਸੇ ਮਾਂ ਦਾ ਦਿਲ ਨਹੀਂ ਕਰਦਾ ਵੀ ਮੇਰਾ ਪੁੱਤ ਮੇਰੇ ਤੋਂ ਦੂਰ ਹੋਵੇ, ਹਰ ਇੱਕ ਮਾਂ ਇਹੋ ਚਾਹੁੰਦੀ ਆ ਵੀ ਮੇਰਾ ਪੁੱਤ ਮੇਰੇ ਲਾਗੇ ਰਹਿ ਕੇ ਕਮਾਈ ਕਰੇ। ਮੈਨੂੰ ਨਾ ਕਦੇ ਕਦੇ ਬੜਾ ਹਾਸਾ ਆਉਂਦਾ, ਲੋਕ ਆਖ ਦੇਣਗੇ ਜੀ ਧੀ ਵਿਆਹ ਤੀ ਆ, ਧੀ ਤੋਰ ਦਿੱਤੀ ਆ, ਧੀ ਦਾ ਨਾਂ ਹੋ ਜਾਂਦਾ ਵੀ ਉਹ ਤੋਰ ਦਿੱਤੀ, ਪੁੱਤ ਵੀ ਤੁਰਦੇ ਆ, ਪੁੱਤ ਵੀ ਜਾਂਦੇ ਨੇ, ਪਰ ਇਹਨਾਂ ਦਾ ਨਾਂ ਨਹੀਂ ਹੁੰਦਾ ਵਿਚਾਰਿਆਂ ਦਾ। ਆ ਘਰ ਬਣ ਗਿਆ ਨਾ ਜਦੋਂ, ਫਿਰ ਨਹੀਂ ਆਪਾਂ ਤੁਹਾਨੂੰ ਬਾਹਰ ਜਾਣ ਦੇਣਾ, ਕੋਈ ਨਹੀਂ ਫਿਰ ਇੱਥੇ ਮਾੜਾ ਮੋਟਾ ਕੰਮ ਲੱਭ ਕੇ ਨਾ ਦਾਲ ਫੁਲਕਾ ਤਾਂ ਆਪਣਾ ਚੱਲੀ ਜਾਣਾ ਆ, ਬਸ ਹੁਣ ਇੱਕ ਵਾਰੀ ਲੈਂਟਰ ਪੈ ਜੇ ਥੋੜ੍ਹਾ ਜਿਹਾ, ਇੱਕ ਵਾਰੀ ਘਰ ਦਾ ਕੰਮ ਹੋ ਜਾਂਦਾ ਨਾ ਸਹੀ ਤੇ ਫਿਰ ਨਹੀਂ ਤੈਨੂੰ ਪੁੱਤ ਘਲਾਉਣਾ, ਸਾਡਾ ਤੇ ਮੇਰਾ ਤੇ ਬਿਲਕੁਲ ਨਹੀਂ ਦਿਲ ਮੰਨਦਾ ਤੂੰ ਵੀ ਜਾਵੇਂ ਬਾਹਰ। ਸਾਰੀ ਉਮਰ ਇੱਦਾਂ ਹੀ ਬਾਹਰ ਹੀ ਲੰਘ ਜਾਂਦੀ ਆ, ਆਪਣੀ ਫੈਮਿਲੀ ਨਾਲ ਤੇ ਰਿਹਾ ਹੀ ਨਹੀਂ ਜਾਂਦਾ। ਡਰਾਈਵਰ ਦਾ ਫੋਨ ਆਈ ਜਾਣ ਡਿਆ ਵਾ, ਕਮਾਈ ਤੇ
ਜਿੰਨੀ ਕਰ ਲਓ ਉਨੀ ਆਖੀ ਦਾ ਥੋੜੀ ਆ, ਹੋਰ ਕਮਾ ਲਈਏ ਹੋਰ ਕਮਾ ਲਈਏ, ਬਸ ਇਸੇ ਦੌੜ 'ਚ ਲੱਗੇ ਰਹਿੰਦੇ ਆਪਾਂ। ਵੇਖ ਵੀ ਇਹ ਦੌੜ ਉਨਾ ਚਿਰ ਚੱਲਦੀ ਰਹਿਣੀ ਆ ਜਿੰਨਾ ਚਿਰ ਤੱਕ ਸਾਹ ਚੱਲਦੇ ਆ, ਇਹ ਕਰਨੀ ਪੈਣੀ ਆ, ਜ਼ਰੂਰਤਾਂ ਹੀ ਉੱਦਾਂ ਦੀਆਂ ਹੋ ਜਾਂਦੀਆਂ ਵਾ। ਉਹਦੇ ਆਪਣੇ ਹੱਥ ਵਿੱਚ ਹੀ ਆ ਨਾ, ਜਦੋਂ ਅਸੀਂ ਵੱਡੇ ਸ਼ੌਂਕ ਕਰ ਲੈਂਦੇ ਹਾਂ ਨਾ, ਵੱਡੇ ਸ਼ੌਂਕ ਪਾਲ ਲੈਂਦੇ ਹਾਂ, ਫਿਰ ਉਹਨਾਂ ਵਾਸਤੇ ਪੈਸਾ ਵੀ ਚਾਹੀਦਾ, ਅਤੇ ਫਿਰ ਤਾਂ ਇਹੋ ਹੀ ਚਾਹੀਦਾ ਨਾ ਹੋਰ ਕਮਾਈ ਕਰ ਲਈਏ। ਕੋਈ ਨਹੀਂ ਆਹ ਚੀਜ਼ ਲੈ ਕੇ ਅਤੇ ਫਿਰ ਆਪਾਂ ਬਸ ਬਾਅਦ ਚੋਂ ਆਪਾਂ। ਆਪਣੀ ਗੱਲ ਦਾ ਜਵਾਬ ਆਪ ਹੀ ਦੇਈ ਜਾਣ ਡਈ ਆ ਤੂੰ। ਸ਼ੌਂਕ ਵਾਕਿਆ ਵੱਡੇ ਹੋ ਜਾਂਦੇ ਆ, ਉਦੋਂ ਜੋ ਕੋਠੀ ਚੰਗੀ ਪਾ ਲੈਣੀ ਆ ਨਾ, ਫਿਰ ਆਹ ਦਿਨ ਥੱਲੇ ਟੈਲਾਂ ਵੀ ਲੱਗਣੀਆਂ ਚਾਹੀਦੀਆਂ, ਡਾਊਨ ਸੀਲਿੰਗ ਵੀ ਚਾਹੀਦੀ ਹੈ, ਰੰਗ ਪੱਥਰ ਲੇਟਾਂ ਸਾਰਾ ਕੁਛ ਵਧੀਆ ਚਾਹੀਦਾ, ਮੁੜ ਕੇ ਇੱਕ ਵਿੱਚ ਗੱਡੀ ਵੀ ਚਾਹੀਦੀ ਆ, ਕੱਪੜਾ ਲੀੜਾ ਵੀ ਚੰਗਾ ਚਾਹੀਦਾ, ਉਹ ਸਾਰਾ ਕੁਛ ਪੈਸੇ ਨਾਲ ਹੀ ਪੂਰਾ ਹੋਣਾ। ਕਰੀਏ ਕੀ, ਵੇਖੋ ਵੇਖੀ ਕਰਾਉਣੇ ਪੈਂਦੇ ਕੰਮ, ਜੇ ਨਾ ਕਰਾਈਏ ਫਿਰ ਆਖ ਦਿੰਦੇ ਆ ਵੀ ਇਹਨਾਂ ਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੈ, ਇਹ ਪਤਾ ਨਹੀਂ ਕਿਹੜੀ ਦੁਨੀਆਂ 'ਚ ਰਹਿਣ ਡਏ ਆ। ਆਪਾਂ ਤਾਂ ਦੁਨੀਆਂ ਦੇ ਵਿੱਚ ਨਾ ਆਪਣਾ ਸਟੇਟਸ ਹੀ ਕੈਮਰਾ ਰੱਖਦੇ ਮਰ ਜਾਂਦੇ ਹਾਂ, ਹਾਂ ਤਾਂ ਵੇਖਦਾ ਕੋਈ ਨਹੀਂ ਕਿਸੇ ਦੇ ਵੱਲ, ਸਿਰਫ ਵਹਿਮ ਹੀ ਆ ਕਿ ਅਸੀਂ ਸੋਹਣੇ ਲੱਗਣ ਡਏ ਹਾਂ। ਸੰਦੀਪ ਹੁਣ ਤੂੰ ਕਹਿ ਨਹੀਂ ਹੈ ਨਾ ਵੀ ਐਰਕਾਂ ਵਾਰੀ ਜਾਓ, ਮੁੜ ਕੇ ਨਹੀਂ ਜਾਣਾ, ਆਹ ਵੇਖੀ ਤੂੰ 6 ਮਹੀਨੇ ਹੁੰਦੇ ਆ ਨਾ, ਤੂੰ ਕਹਿਣਾ ਗੱਡੀ ਲੈਣੀ ਆ। ਕਮਲ ਅਜੇ ਹੋਰ ਟਾਈਮ ਲਾ ਲਓ, ਤ੍ਰਿਸ਼ਨਾ ਜਿਹੜੀ ਹੈ ਨਾ ਉਹ ਮਨ ਦੀ ਵੱਧਦੀ ਜਾਂਦੀ ਆ। ਜੀ ਤੇ ਮੰਮੀ ਹਰ ਇੱਕ ਦਾ ਕਰਦਾ ਕਿ ਚੰਗੀ ਕੋਲ ਕੋਠੀ ਹੋਵੇ, ਗੱਡੀ ਹੋਵੇ, ਆਮਦਨ ਚੰਗੀ ਹੋਵੇ, ਵਧੀਆ ਵਧੀਆ ਖਾਈਏ, ਮਹਿੰਗਾ ਮਹਿੰਗਾ ਪਾਈਏ, ਜੀ ਤੇ ਕਰਦਾ ਸਾਰਿਆਂ ਦਾ, ਜਾਂ ਫਿਰ ਆਪਣੇ ਸ਼ੌਂਕ ਮਾਰ ਲਓ, ਆਹ ਗੱਲ ਹੁੰਦੀ ਆ। ਚੱਲ ਕੋਈ ਗੱਲ ਨੀ, ਰਾਜੀ ਰਹੋ ਸਾਰੇ ਜਾਣੇ, ਏਦਾਂ ਕਮਾਈਆਂ ਕਰਦੇ ਰਹਿਣਾ ਵਾ ਤੇ ਏਦਾਂ ਆਪਾਂ ਕੰਮ ਵੀ ਕਰਦੇ ਰਹਿਣਾ। ਪਹਿਲਾਂ ਤੇ ਅੱਧੀ ਲੰਘਾ ਲਈਦੀ ਆ, ਕੋਈ ਨੀ ਘਰ ਘੁਰ ਬਣਾ ਲਈਏ, ਆਹ ਕੰਮ ਕਰ ਲਈਏ, ਆਹ ਕੰਮ ਕਰ ਲਈਏ, ਬਾਅਦ ਚੋਂ ਆਪਣੇ ਸ਼ੌਂਕ ਪੂਰੇ ਕਰਾਂਗੇ। ਸ਼ੌਂਕ ਵੀ ਸੰਦੀਪ ਕਮਾਈ ਨਾਲ ਹੀ ਹੋਣੇ ਆ। ਇਹ ਤੇ ਹੈ ਮੰਮੀ ਜੀ। ਚਲੋ ਠੀਕ ਆ, ਫਿਰ ਮੈਨੂੰ ਫੋਨ ਆਈ ਜਾਣ ਡਿਆ ਡਰਾਈਵਰ ਦਾ ਤੇ ਮੈਂ ਉਹਨੂੰ ਕਹਿਣਾ। ਹਾਂ ਠੀਕ ਆ। ਉਹ ਲਾਉਂਦੇ ਹੋਣੇ ਆ ਨਾ ਇੱਧਰ ਨੂੰ। ਚਲੋ ਕੋਈ ਨੀ ਆ ਜਾਂਦਾ ਵਾ। ਚੱਲ ਫਿਰ ਕੋਈ ਹੋਰ ਚੀਜ਼ਾਂ ਚ ਵੇਖ ਲਈਆਂ ਹਾਂ, ਉਹ ਤੇਰੀ ਗੱਲ ਖਾਣਾ ਵੀ ਮੱਥਾ ਮਾਰ ਲਿਆ ਕੋਈ ਚੀਜ਼ ਰਹਿ ਨਾ ਜਾਵੇ। ਸੰਦੀਪ ਪਾਸਪੋਰਟ ਹੋਰ ਜੋ ਇਹਦਾ ਕੋਈ ਕਾਗਜ਼ ਪੱਤਰ ਵੇਖ ਲੈਣਾ। ਚਲੋ ਠੀਕ ਆ, ਹੁਣ ਕੋਈ ਚੀਜ਼ ਰਹਿ ਨਾ ਜਾਵੇ। ਖਾਣ ਵਾਸਤੇ ਵੀ ਬਣਾਤਾ ਵਾ, ਜੋ ਇਹਨਾਂ ਦੀ ਮਨਪਸੰਦ ਚੀਜ਼ ਆ ਉਹ ਵੀ ਲੈ ਚੱਲੇ ਆ, ਬਾਕੀ ਜੇ ਰਹਿ ਜੂਗੀ ਫਿਰ ਇਹਨਾਂ ਨੂੰ ਉਦੋਂ ਹੀ ਪਤਾ ਲੱਗਣੀ ਜਦੋਂ ਵਰਤਣੀ। ਨੀ ਪ੍ਰੀਤੋ ਕੀ ਗੱਲ ਆ, ਜੀ ਨਹੀਂ ਲੱਗਣ ਡਿਆ ਮਾਈਆ ਬਾਹਰ ਚੱਲ ਗਿਆ ਤੇ? ਹਾਏ ਸੱਚੀ ਜੀਤਾ, ਤੂੰ ਤੇ ਮੇਰੇ ਦਿਲ ਦੀ ਗੱਲ ਬੁੱਝ ਲਈ ਆ, ਸੱਚੀ ਨਹੀਂ ਮੇਰਾ ਜੀ ਲੱਗਣ ਡਿਆ, ਘਰ ਤੇ ਮੈਨੂੰ ਵੱਢ ਖਾਣ ਪੈਣ ਡਿਆ ਵਾ। ਚੱਲ ਕੋਈ ਗੱਲ ਨਹੀਂ, ਇੱਕ ਦੋ ਦਿਨ ਇੱਦਾਂ ਹੋਣਾ ਵਾ, ਬਾਅਦ 'ਚ ਫਿਰ ਜੀ ਲੱਗ ਜਾਣਾ ਵਾ। ਜੀਤਾ ਤੂੰ ਇੱਦਾਂ ਕਰੀ ਕਿ ਅੱਜ ਮੇਰੀ ਰੋਟੀ ਬਣਾ ਦੀ, ਮੇਰਾ ਤਾਂ ਰਸੋਈ ਵੱਲ ਵੇਖਣ ਨੂੰ ਨਹੀਂ ਜੀ ਕਰਨ ਡਿਆ, ਇਕੱਲੀ ਜਣੀ ਨੇ ਕੀ ਰੋਟੀ ਬਣਾਉਣੀ ਅਤੇ ਕੀ ਖਾਣੀ, ਉੱਦਾਂ ਵਾਵਾ ਦੋਵੇਂ ਜਣੇ ਬਹਿ ਕੇ ਰੋਟੀ ਪਾਣੀ ਖਾ ਲਈਦਾ ਸੀ, ਅਤੇ ਇਸ ਕਰਕੇ ਨਾ ਅੱਜ ਮੇਰੀ ਭੈਣ ਇੰਨਾ ਕੁ ਕੰਮ ਕਰਦੀ ਵੇਖ ਲਾ, ਮੇਰੀ ਰੋਟੀ ਬਣਾ ਦੀ, ਮੇਰਾ ਨਹੀਂ ਰੋਟੀ ਬਣਾਉਣ ਨੂੰ ਜੀ ਕਰਨ ਡਿਆ। ਨਹੀਂ ਜਾ ਨਹੀਂ ਫਫੜੇ ਘੱਟ ਪਾ, ਜਦੋਂ ਇੱਥੇ ਹੁੰਦਾ ਵਾ ਉਦੋਂ ਤੂੰ ਉਹਦੇ ਨਾਲ ਲੜਦੀ ਰਹਿੰਦੀ ਆ, ਰੋਟੀ ਤੂੰ ਉਦੋਂ ਨਹੀਂ ਬਣਾ ਕੇ ਦਿੰਦੀ ਅਤੇ ਨਾਲੇ ਜੀ ਨਹੀਂ ਲੱਗਣ ਡਿਆ ਤੇਰਾ, ਤਾਂ ਰੋਟੀ ਪਕਾਉਣ ਨੂੰ ਨਹੀਂ ਜੀ ਲੱਗਣ ਡਿਆ, ਖਾਣ ਨੂੰ ਜੀ ਕਰਨ ਡਿਆ ਵਾ। ਨਹੀਂ ਕਿਹਾ ਤਾਂ ਤੈਨੂੰ ਮੈਂ ਸਿਰਫ ਰੋਟੀ ਬਣਾਉਣ ਵੱਲੋਂ ਆ, ਅਤੇ ਤੂੰ ਤੇਰੇ ਮੈਂ ਕਹਿਣ ਦੀਆਂ ਗੱਲਾਂ ਦੀਆਂ ਗੱਲਾਂ ਬਣਾਈ ਜਾਣ ਡਈ ਆ, ਉੱਦਾਂ ਕਹਿ ਤੇ ਮੈਂ ਨਹੀਂ ਬਣਾ ਕੇ ਦੇਣੀ। ਨਹੀਂ ਮੈਨੂੰ ਤੇਰੀ ਗੱਲ ਦੀ ਨਹੀਂ ਸਮਝ ਲੱਗੀ ਕਿ ਤੂੰ ਆਨੀ ਆ ਵੀ ਮੇਰਾ ਰੋਟੀ ਨਾ ਪਕਾਉਣ ਨੂੰ ਜੀ ਨਹੀਂ ਕਰਨ ਡਿਆ, ਤੇ ਖਾਣ ਨੂੰ ਕਿੱਦਾਂ ਜੀ ਕਰਨ ਡਿਆ, ਬੰਦਾ ਬਾਹਰ ਗਿਆ ਵਾ। ਨਹੀਂ ਹੁਣ ਮੇਰੀ ਗੱਲ ਸੁਣ, ਹੁਣ ਫਿਰ ਮੈਂ ਭੁੱਖੀ ਬੈਠੀ ਰਵਾਂ, ਇਸ ਢਿੱਡ 'ਚ ਵੀ ਤਾਂ ਕੁਛ ਪਾਉਣਾ ਹੀ ਆ ਨਾ, ਹੁਣ ਮੈਂ ਮਰ ਤੇ ਜਾਣਾ ਨਹੀਂ ਆ ਕਿ ਇਹ ਵਿੱਕੀ ਬਾਹਰ ਚੱਲ ਗਿਆ ਅਤੇ ਮੈਂ ਹੁਣ ਭੁੱਖੀ ਰਵਾਂ ਵੀ,
ਆਹੋ ਤੇ ਜੇ ਭੁੱਖ ਲੱਗੀ ਹੋਵੇ ਫਿਰ ਤੇ ਬੰਦੇ ਦੀ ਆਪਣੇ ਆਪ ਰੋਟੀ ਪੱਕ ਜਾਂਦੀ ਆ, ਆਖੀ ਦਾ ਭੱਜ ਕੇ ਦੋ ਰੋਟੀਆਂ ਲਾ ਲਈਏ। ਤੇ ਚੱਲ ਠੀਕ ਆ, ਨਾ ਬਣਾ ਕੇ ਦੇਈ ਬੋਟੀਆਂ, ਮੈਨੂੰ ਗੱਲਾਂ ਨਾ ਕਰ ਐਵੇਂ ਨਾ ਆ ਕੇ ਫਿਰ ਗੱਲਾਂ ਕਾਹਤੋਂ ਛੇੜਦੀ ਹੁੰਦੀ ਆ। ਜੇ ਮੈਂ ਚੁੱਪ ਹੋ ਤੇ ਮੈਨੂੰ ਤੂੰ ਚੁੱਪ ਹੀ ਰਹਿ ਲੈਂਦੇ ਆ, ਮੈਂ ਤੇ ਨੀ ਨਾ ਤੇਰੇ ਵੱਲ ਗਈ, ਤੂੰ ਧੱਕੇ ਨਾ ਇੱਥੇ ਆ ਕੇ ਡਈ ਨਾ ਗੱਲਾਂ ਕਰ। ਬੈਠੀ ਆ ਚੁੱਪ ਤੇ ਮੈਂ ਕਿਹਾ ਦੋ ਮਿੰਟ ਪੁੱਛ ਲੈਨੀ ਆ ਤੈਨੂੰ, ਬੜੀ ਚੁੱਪ ਚੁੱਪ ਬੈਠੀ, ਤੇਰਾ ਦਿਲ ਲਾ ਦਿੰਦੀ ਆ। ਤੂੰ ਤੇ ਹੁਣ ਮੈਨੂੰ ਛੱਤੀ ਕੰਮ ਹੀ ਸੁਣਾਉਂਦਾ ਪਈ, ਅੱਜ ਆਨੀ ਆ ਵੀ ਮੇਰੀਆਂ ਦੋ ਰੋਟੀਆਂ ਲਾ ਦੇ, ਕੱਲ ਨੂੰ ਆਖੂੰਗੀ ਮੇਰੇ ਲੀੜੇ ਧੋ ਦੇ ਦੋ, ਪਰਸੋਂ ਆਖਾਂਗੀ ਤੂੰ ਮੇਰੇ ਅੰਦਰ ਝਾੜੂ ਵੀ ਲਾ ਦੇ, ਫਿਰ ਤੇ ਮੈਂ ਤੇਰੀ ਨੌਕਰਾਣੀ ਬਣ ਜਾਂਗੀ ਵੀ ਤੇਰਾ ਬੰਦਾ ਬਾਹਰ ਗਿਆ ਤੇਰਾ ਕੰਮ ਨਹੀਂ ਕਰਨ ਨੂੰ ਜੀ ਕਰਨ ਡਿਆ। ਨਹੀਂ ਹਾ ਕਿੱਦਾਂ ਦੀ ਗੱਲ ਹੋਈ, ਧੱਕੇ ਨਾਲ ਆ ਕੇ ਤੂੰ ਮੇਰੇ ਗੱਲ ਪਈ ਜਾਣ ਡਈ ਆ। ਮੈਂ ਮੰਮੀ ਨੇ ਦੱਸਾਂ ਕੀ ਕਹਿਣਾ, ਇਹ ਪ੍ਰੀਤੀ ਗਲਤ ਵਾ, ਜੀਤਾਂ ਸਹੀ ਹੁੰਦੀ ਆ। ਹੁਣ ਮੈਂ ਦੱਸਾਂ ਮੰਮੀ ਨੂੰ ਆਵਾਜ਼ ਮਾਰ ਕੇ ਕੀ ਆ ਵੇਖ ਲੋ ਜੀ ਤਾਰੇ ਕੰਮ, ਧੱਕੇ ਨਾਲ ਆ ਕੇ ਮੇਰੇ ਨਾਲ ਲੜਾਈ ਕਰੀ ਜਾਂਦੀ ਹੈ ਯਾਰ। ਮੈਂ ਚੁੱਪ ਵਾਣਾ, ਮੈਨੂੰ ਚੁੱਪ ਹੀ ਰਹਿ ਲੈਂਦੇ ਠੀਕ ਹੈ ਨਾ, ਰੱਬ ਦਾ ਵਾਸਤਾ ਜੀ। ਤੂੰ ਚੁੱਪ ਹੀ ਚੰਗੀ ਆ, ਤੈਨੂੰ ਤਾਂ ਮੈਂ ਜਾਣ ਕੇ ਛੇੜ ਲਿਆ ਭੁੰਡੀ ਨੂੰ। ਮੈਂ ਤਾਂ ਸਿਰਫ ਤੈਨੂੰ ਗੱਲਾਂ ਗੱਲਾਂ ਆਈ ਆ ਲੱਗੇ ਵੀ ਚੱਲ ਤੇਰੇ ਨਾਲ ਗੱਲਾਂ ਕਰ ਲੈਣੀ, ਤੇਰਾ ਜੀ ਲੱਗ ਗਿਆ। ਮੇਰੇ ਨਾਲ ਘੱਟ ਹੀ ਕਰਿਆ ਕਰ, ਮੇਰੇ ਨਾਲ ਹਮਦਰਦੀ ਨਾ ਵਿਖਾਇਆ ਕਰ ਠੀਕ ਹੈ ਨਾ। ਮੈਂ ਉਂਝ ਹੀ ਬੜੀ ਚੰਗੀ ਆ, ਤੂੰ ਮੈਂ ਤਾਂ ਦੂਰ ਜਿੰਨੀ ਰਹੇਗੀ ਨਾ ਮੇਰਾ ਓਨਾ ਹੀ ਵੱਧ ਭਲਾ ਹੋਣਾ ਵਾ। ਤੂੰ ਤੇ ਮੇਰਾ ਬੇੜਾ ਕਰ ਲੈਕ ਦੀ ਨਹੀਂ ਆ, ਤੂੰ ਹਮਦਰਦੀ ਦੇ, ਤੈਨੂੰ ਹਮਦਰਦੀ ਕੀ ਵਿਖਾਉਣੀ ਆ। ਤੂੰ ਤੇ ਬੇੜਾ ਗਰਕ ਕਰਕੇ ਰੱਖਦੇ ਲੱਗੀ ਆ ਮੇਰਾ, ਜਾ ਚੱਲ ਜਾ। ਆਹੋ ਆ ਜਾਨੀ ਆ, ਦੋ ਗੱਲਾਂ ਕਰ ਲਈਆਂ ਤੇ ਵੇਖ ਉਹਦੇ ਤੂੰ ਇਹ ਚਾਹੁੰਦੀ ਆ ਕਿਹਦਾ ਘਰ ਵਾਲਾ ਬਾਹਰ ਚੱਲ ਗਿਆ ਤੇ ਛੇਤੀ ਨਾਲ ਇਹ ਹੁਣ ਘਰ ਵੱਖਰਾ ਪਾਲੇ ਤੇ ਛੇਤੀ ਨਾਲ ਇਹ ਅੱਡ ਬਾਹਰ ਉਧਰ ਚੱਲ ਜੇ ਉੱਡ ਜੇ। ਮੈਂ ਤੇ ਇਹੋ ਜੀ ਕੋਈ ਗੱਲ ਵੀ ਨਹੀਂ ਕੀਤੀ। ਕੋਈ ਨਹੀਂ ਆ ਲੈਂਦੇ ਸੋਨੂੰ ਵੀਰ ਨੂੰ, ਉਹਨਾਂ ਨਾਲ ਵੀ ਮੈਂ ਹੁਣ ਗੱਲ ਕਰ ਹੀ ਲੈਣੀ ਆ ਨਾ ਕਿ ਆ ਕੀ ਹੋਇਆ ਰੋਜ਼ ਦਿਹਾੜੀ ਦਾ ਪਖੰਡ। ਤੇ ਕਰ ਲਈ ਗੱਲ, ਤੂੰ ਤੇ ਉਦਾਂ ਲੜਾਈ ਲੱਭਣ ਡਈ ਆ ਵੀ ਬਸ ਮੇਰੇ ਨਾਲ ਲੜੇ। ਮੈਂ ਕੋਈ ਲੜਾਈ ਨਹੀਂ ਲੱਭਣ ਡਈ, ਲੜਨ ਤੇ ਤੂੰ ਆਈ ਆ ਮੇਰੇ ਵਾਲਾਂ ਨੂੰ ਪੈਣ ਡੀਆਂ ਸਿਰ ਦਿਆਂ ਨੂੰ। ਓਏ ਮੈਂ ਮਰ ਗਈ, ਵਾਲਾਂ ਨੂੰ ਕਿੱਥੇ ਪੈਣ ਡੀਆਂ ਨਹੀਂ, ਅਜੇ ਤੇ ਮੈਂ ਬੈਠੀ ਆ ਲੱਗ ਬੈਠੀ ਆ। ਹੋਰ ਘੜੀ ਨੂੰ ਤੂੰ ਮੇਰੇ ਵਾਲ ਫੜ ਹੀ ਲੈਣੇ ਆ, ਤੇਰਾ ਉਂਝ ਵਾਲ ਫੜਾਉਣ ਨੂੰ ਜੀ ਕਰਦਾ ਤੇ ਕਹਿ ਹੀ ਦੇ, ਮੈਂ ਗੁੱਤ ਫੜ ਹੀ ਲੈਨੀ ਆ। ਆਹੋ ਇਦਾਂ ਫੜ ਹੀ ਲੈਨੀ ਆ ਗਾੜੀ, ਮੈਂ ਵੀ ਘੱਟ ਨਹੀਂ ਕਰਨੀ ਹੈਗੀ ਠੀਕ ਹੈ ਨਾ। ਮੈਂ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਵਾਂ, ਮੈਨੂੰ ਚੁੱਪ ਹੀ ਰਹਿਣ ਦੇ। ਜੇ ਮੈਂ ਤੇਰੀਆਂ ਦੋ ਟਿੱਕੀਆਂ ਲਾ ਦਿੰਦੀ ਫਿਰ ਚੰਗੀ ਹਾਂ ਮੈਂ, ਹੈ ਜੇ ਮੈਂ ਨਾ ਕਰਤੀ ਆ ਤਾਂ ਹੁਣ ਤੈਨੂੰ ਗੱਲਾਂ ਆਉਂਦਾ ਨਹੀਂ। ਅੱਜ ਤੱਕ ਤੂੰ ਮੇਰਾ ਕਿਹੜਾ ਕੰਮ ਕੀਤਾ ਹੈ ਜਿਹੜਾ ਮੈਨੂੰ ਸੁਣਾਉਣ ਲੱਗੀ ਹੈ ਮੇਰੇ ਸਿਰ ਤੇ ਬਹਿ ਕੇ? ਤੂੰ ਕਿਹੜਾ ਕੰਮ ਕੀਤਾ ਮੇਰਾ ਜਿਹੜੀਆਂ ਤੇਰੀਆਂ ਮੈਂ ਦੋ ਰੋਟੀਆਂ ਲਾ ਕੇ ਦਵਾਂ? ਤੇ ਮੈਂ ਤੇਰਾ ਕੰਮ ਕਰਾਂ ਵੀ ਕਿਉਂ? ਤੇ ਫਿਰ ਮੈਂ ਮੇਰੀ ਲੱਗਦੀ ਕੀ ਆ? ਤੇ ਫਿਰ ਮੈਂ ਕਿਉਂ ਤੇਰੀਆਂ ਰੋਟੀਆਂ ਲਾਵਾਂ, ਤੂੰ ਕੀ ਮੇਰੀ ਲੱਗਣੀ ਆ? ਲਾਦਾਂ ਰੋਟੀਆਂ ਲਾਦਾਂ, ਕਹਿਤਾ ਕਿਤੇ ਭਾਰ ਤੇ ਨਹੀਂ ਢਾਤਾ ਹੈਗਾ ਵੀ ਦੋ ਰੋਟੀਆਂ ਲਾਉਣ ਵਾਲਿਆਂ ਕਹਿ ਦਿੱਤਾ ਵਾ। ਦੋ ਛੱਡ ਕੇ ਮੈਂ ਚਾਰ ਲਾ ਦਿੰਦੀ, ਤੇਰੀ ਜ਼ਬਾਨ ਨੂੰ ਨਹੀਂ ਮੈਂ ਲਾਉਂਦੀ ਜਿੱਦਾਂ ਦੀ ਤੇਰੀ ਜ਼ਬਾਨ ਆ। ਤੂੰ ਮਿਸਣੀ ਬਣ ਜਾਣੀ, ਤੇਰਾ ਕੰਮ ਕਰਦਾ ਤਾਂ ਤੂੰ ਮਿਸਣੀ ਚੰਗੀ ਆ, ਜੇ ਇੱਕ ਵਾਰੀ ਨਾ ਕਰਦਾ ਤੇ ਚੱਲ ਤੂੰ ਮਰਨ ਡਿਆ ਵੀ ਇੰਨੀਆਂ ਛਾਲਾਂ ਵੀ ਬਸ ਤੂੰ ਕੌਣ ਵਾ ਤੇ ਮੈਂ ਕੌਣ ਆ। ਤੇਰੇ ਨਾਲ ਵਾਕੇ ਨਹੀਂ ਕੋਈ ਜਿੱਦ ਸਕਦਾ, ਧੰਨ ਵਾ ਸੋਨੂੰ ਵੀਰ ਧੰਨ ਵਾ ਜਿਹੜਾ ਤੇਰੇ ਨਾਲ ਕੱਟੀ ਜਾਣ ਡਿਆ ਕਬੱਤੀ ਜੀ। ਧੰਨ ਵਾ ਚੰਗਾ ਸਗੋਂ ਬਾਹਰ ਚੱਲ ਗਿਆ, ਨਹੀਂ ਤਾਂ ਉਹਦਾ ਦਿਮਾਗ ਖਰਾਬ ਹੋਣਾ ਇੱਥੇ ਤੇਰੇ ਲਾ ਕੇ ਬਹਿ ਕੇ। ਬੜਾ ਦਿਮਾਗ ਖਰਾਬ ਹੋਏਗਾ, ਕੰਨੀ ਖਸਕਾ ਕੇ ਬਹਾਨੇ ਨਹੀਂ ਚੱਲ ਗਿਆ ਈ ਓ, ਬੁੱਧੂ ਬਣਾ ਗਿਆ ਤੈਨੂੰ ਵੀ ਮੈਂ ਬਾਹਰ ਕਮਾਈ ਕਰਨ ਚੱਲਿਆ, ਉਹ ਤੇ ਜਾਨ ਛਡਾ ਕੇ ਗਿਆ ਈ ਓ ਸਗੋਂ। ਨਹੀਂ ਤੇਰਾ ਕੀ ਮਤਲਬ, ਉਹ ਬਾਹਰ ਕਮਾਈ ਨਹੀਂ ਕਰਨ ਗਿਆ, ਉਹ ਫਿਰ ਤੁਰਨ ਗਿਆ ਵਾ? ਨਹੀਂ ਗਿਆ ਤੇ ਕਮਾਈ ਕਰਨਾ, ਪਰ ਤੇਰੇ ਕੋਲ ਲੱਥ ਕੇ ਗਿਆ ਈ ਓ ਚੰਗਾ। ਅੱਛਾ ਤੇਰੇ ਨਾਲ ਨਾ ਬਹੁਤਾ ਮੱਥਾ ਨਾ ਲਾ ਚੰਗਾ, ਮੈਂ ਤੇ ਬੁਰਿਆਂ ਪਾਪਾਂ ਨੂੰ ਤੇਰੇ ਲਾਗੇ ਆਣ ਕੇ ਬਹਿ ਗਈ ਆ। ਨਹੀਂ ਹੁਣ ਚੱਲੀ ਕਿੱਥੇ ਆ, ਜਿਹੜੀ ਗੱਲ ਕੀਤੀ ਉਹ ਗੱਲ ਕਲੀਅਰ ਕਰਕੇ ਜਾਣੀ ਨੇ, ਮੈਂ ਤੈਨੂੰ ਮਾਰ ਥਾਂ ਦੇਣਾ ਫਿਰ ਨਾ ਕੀ ਦੱਸਿਆ ਨਹੀਂ? ਮਾਰ ਕੇ ਦੱਸ, ਤੂੰ ਹੱਥ ਲਾ ਕੇ ਦੱਸ ਮੈਨੂੰ ਕਿੱਦਾਂ ਲਾਣੇਗੀ ਹੱਥ? ਨਹੀਂ ਹੋਣਾ ਕੀ ਆ, ਜਦੋਂ ਮੈਂ ਇੱਥੇ ਰਮਾਨ ਨਾਲ ਬੈਠੀ ਆ ਮੈਂ ਕਿਹਨੂੰ ਕੋਈ ਚੰਗੀ ਮਾੜੀ ਨਹੀਂ ਕਰਦੀ, ਧੱਕੇ ਨਾਲ ਆ ਕੇ ਮੇਰੇ ਗਲ ਪਈ ਜਾਂਦੀ ਆ। ਨਹੀਂ ਵਿਚਾਰੀ ਬਣ ਕੇ ਤੂੰ ਇੱਥੇ ਬੈਠੀ ਆ, ਦੋ ਮਿੰਟ ਮੈਂ ਲੱਗੇ ਆ ਗਈ ਵੀ ਚੱਲ ਤਰਸ ਖਾ ਕੇ ਤੇ ਦੋ ਮਿੰਟ ਗੱਲਾਂ ਕਰ ਲੈਨੀ, ਤੂੰ ਤੇ ਮੈਨੂੰ ਛੱਤੀ ਕੰਮ ਸੁਣਾਉਣ ਡਾ ਪਈ ਆ। ਛੱਤੀ ਕੰਮ ਤੇ ਜਿਹਨੂੰ ਮੈਂ ਬੜੇ ਭਾਰ ਸੁਣਾ ਦਿੱਤੇ ਆ ਨਾ, ਦੋ ਟੁੱਕ ਰੋਟੀ ਲਾਉਣ ਨੂੰ ਕਹਿਤਾ ਤੇ ਤੂੰ ਤੇ ਸਾਰੇ ਪਿੰਡ 'ਚ ਢੰਡੋੜਾ ਪੁੱਟ ਦਿੱਤਾ ਵਾ। ਚੱਲ ਬਸ ਕਿਹਾ ਵੀ ਕਿਉਂ ਤੂੰ ਮੈਨੂੰ, ਕਿਹਾ ਈ ਜਾ ਕਿਹਾ ਈ ਕੀ ਕਰ ਲੈਂਗੀ, ਜਾ ਕਿਹਾ ਈ ਓ ਜੀਤਾ, ਤੂੰ ਤੇ ਸਿਆਣੀ ਆ ਨਾ, ਤੂੰ ਚੁੱਪ ਕਰ ਹਾਂ ਜਾ ਜਾ ਕੇ ਆਪਣਾ ਕੰਮ ਕਰ। ਓ ਪਰਾ ਮਰ ਜਾ ਕੇ
ਨੀ ਸਾਰੀ ਦਾ ਪਵਾੜੇ ਦੀ ਜੜ ਤੂੰ ਆ। ਇੱਕ ਤੀਆਂ ਦਾ ਬਰਗਰ ਖਾਦਾ ਨਾ, ਉਹ ਖਸਮ ਨੂੰ ਕਿੱਥੋਂ ਜਾ ਕੇ ਸੱਦ ਲਿਆ ਈ ਓ। ਨੀ ਜ਼ਮੀਨਾਂ ਵਕਾਤੀਆਂ ਇਹਨੇ, ਪਲਾਟ ਵਕਾਤੇ ਇਹਨੇ, ਹੁਣ ਆਪਣੀ ਕੋਠੀ ਨਵੀਂ ਪਾਉਣੀ ਤੇ ਮਿਸਤਰੀ ਲਾ ਕੇ ਨਾ ਦਬਲਕੜੇ ਪੱਧਰੀ ਹੋ ਗਈ ਆ। ਗੱਡੀ ਵੀ ਵਕਾਤੀ 30 ਰੁਪਈਆ ਕਰਕੇ, ਕਿੰਨਾ ਲੱਖਾਂ ਦਾ ਨੁਕਸਾਨ ਕੀਤਾ ਇਹਨੇ ਕੱਲੀ ਨੇ। ਇਹਦਾ ਰੱਬ ਮੈਂ ਜਾਣੀ ਆ ਨਾ ਜ਼ਿਆਦਾ, ਤੇ ਇਹ ਗੱਡੀ ਕਿਉਂ ਰੱਖ ਲਈ ਆ? ਗੱਡੀ ਵੀ ਵੇਚਦੀ ਆ ਛੇਤੀ। ਚੁੱਪ ਕਰਕੇ ਤੇ ਬਹਿ ਜਾ ਦੋਵੇਂ ਜਾਣੀਆਂ, ਬਹੁਤਾ ਲੱਗੀਆਂ ਨੇ ਮੇਰੇ ਨਾਲ ਬਕਵਾਸ ਕਰਨ। ਤੇਰੇ ਫੈਸ਼ਨ ਤੇ ਤੇਰੇ ਚਸਕੇ ਇਹਨਾਂ ਚੀਜ਼ਾਂ ਨੇ ਅੱਡ ਕਰਾਇਆ ਵਾ। ਮੇਰੇ ਘਰ ਵਾਲੇ ਦੀ ਕਮਾਈ ਆ ਤੇ ਮੈਂ ਕੋਠੀ ਪਾਵਾਂ ਨਾ? ਤੁਸੀਂ ਤਾਂ ਸੜ ਗਈ ਜੇ, ਵੀ ਇਹਨੇ ਘਰ ਕੇ ਸ਼ੁਰੂ ਕਰ ਲਿਆ ਵਾ। ਨੀ ਸੜੇ ਸਾਡੀ ਜੁੱਤੀ, ਅਸੀਂ ਕਿਉਂ ਸੜੀਏ? ਨਾਲੇ ਉਹ ਕਮਾਈ ਕੀ ਪਤਾ ਤੇਰੇ ਘਰ ਵਾਲੇ ਦੇ ਇਕੱਲੇ ਦੀ ਕਿ ਸਾਂਝੇ ਖਾਤਿਆਂ ਦੀ ਕੁੰਡੀਆਂ ਲਾਉਂਦੇ ਰਹੇ। ਹਾਂ ਤੇ ਤੁਸੀਂ ਵੀ ਲਾ ਲੈਣੀਆਂ ਸੀ ਸਾਂਝੇ ਖਾਤੇ 'ਚ ਕੁੰਡੀਆਂ। ਓਏ ਆ ਗਿਆ ਸੀ, ਆ ਗਿਆ ਨਾ ਬਸ ਸਾਹਮਣੇ ਲੰਦੀਆਂ ਨਾ ਕੁੰਡੀਆਂ, ਤਾਂ ਹੀ ਕਹਿੰਦਾ ਵੀ ਤੁਸੀਂ ਵੀ ਲਾ ਲੈਣੀਆਂ ਹੀ ਹੈ। ਸੰਦੀਪ, ਇਹਨਾਂ ਨੂੰ ਲੜਨ ਮਰਨ ਦੇਣਾ, ਤੂੰ ਕਹਿੰਦਾ ਦੀ ਲੜਾਈ 'ਚ ਆਈ ਆ, ਇਹਨਾਂ ਤੇ ਰੋਜ਼ ਜਲੂਸ ਏਦਾਂ ਹੀ ਕੱਢਣਾ ਹੁੰਦਾ, ਇਹਨਾਂ ਨੂੰ ਕੋਈ ਸ਼ਰਮ ਥੋੜੀ ਆ। ਮੰਮੀ ਮੈਨੂੰ ਤੇ ਇਹੀ ਵੀ ਚੱਲ ਲੜਨ ਡੀਆਂ, ਇਹਨਾਂ ਨੂੰ ਮੈਂ ਛਡਾ ਦੇਣੀ, ਮੈਨੂੰ ਕੀ ਪਤਾ ਸੀ ਇਹਨਾਂ ਨੇ ਇਕੱਠੀਆਂ ਹੋ ਕੇ ਮੇਰੇ ਗਲ ਪੈ ਜਾਣਾ ਵਾ। ਇਹ ਤੇ ਕਿਤੇ ਇੱਡੀਆਂ ਭੈੜੀਆਂ ਵਾ, ਕੋਈ ਹਿਸਾਬ ਨਹੀਂ। ਜਦੋਂ ਇਹਨਾਂ ਨੇ ਤੇਰੇ ਨਾਲ ਲੜਨਾ ਹੋਵੇ ਉਦੋਂ ਇਕੱਠੀਆਂ ਹੋ ਜਾਂਦੀਆਂ, ਉਦਾਂ 24 ਘੰਟੇ ਕਦੇ ਇਹਨਾਂ ਦੀ ਸੁਲਾਹ ਨਹੀਂ। ਤੈਨੂੰ ਕੌਣ ਆਂਦਾ ਵੀ ਅਸੀਂ ਇਕੱਠੀਆਂ ਹੋਈਆਂ ਵਾ? ਹੈ ਉਹ ਤੇ ਮੈਨੂੰ ਆਖਣ ਦੀ ਸੀ ਤੇ ਮੈਂ ਉਹਨੂੰ ਸੁਣਾਉਂਦੀ, ਤੇ ਤੂੰ ਵਿੱਚ ਲੱਡੂ ਲੈਣ ਆਈ ਆ। ਇਹੋ ਜਿਹੇ ਲੱਡੂ ਨਾ ਤੁਸੀਂ ਖਾਣ ਗਿੱਜੀਆਂ ਜੇ ਇੱਕ ਦੂਜੀ ਦੇ ਨਾਲ, ਭਾਵੇਂ ਮੇਰੀ ਵੱਲੋਂ ਇੱਕ ਦੂਜੀ ਦਾ ਝਾਟਾ ਪੁੱਟੋ ਤੇ ਭਾਵੇਂ ਸਿਰ ਪਾੜੋ। ਨਹੀਂ ਚੱਲੀ ਕਿੱਥੇ ਆ ਮੰਮੀ? ਆਪਾਂ ਇੱਡੀਆਂ ਮਾੜੀਆਂ ਹੋ ਗਈਆਂ ਹੁਣ ਦੋਵੇਂ ਜਾਣੀਆਂ, ਠੀਕ ਆ, ਵੱਖ ਹੋ ਗਈਆਂ ਵਾ। ਕਿੱਡੀ ਛੇਤੀ ਪੇਟੀ ਦਾ ਮਾਲ ਕੱਢ ਕੇ ਉਹਨੂੰ ਫੜਾ ਦਿੱਤਾ ਜੇ? ਨਹੀਂ ਅਸੀਂ ਮਾੜੀਆਂ ਸੀ, ਅਸੀਂ ਤੁਹਾਡੀਆਂ ਨੂੰਹਾਂ ਨਹੀਂ ਲੱਗਦੀਆਂ। ਹੈ ਨਹੀਂ, ਜਦੋਂ ਮੈਂ ਪੇਟੀ ਦਾ ਮਾਲ ਕੱਢ ਕੇ ਤੁਹਾਨੂੰ ਦੇਣੀ ਹਾਂ, ਉਦੋਂ ਤੇ ਆਉਂਦੀਆਂ ਇਹ ਪਤਾ ਨਹੀਂ ਕਿਹੜੇ ਜ਼ਮਾਨੇ ਦੀਆਂ, ਸਾਨੂੰ ਇਹ ਪਸੰਦ ਹੀ ਨਹੀਂ, ਤੇ ਜੇ ਹੁਣ ਉਹਨੇ ਉੱਤੇ ਲੱਲੀ ਉਹਨੂੰ ਕੱਢ ਕੇ ਦਿੱਤੀ, ਸੜਕੋ ਗਈ ਆ। ਭਾਵੇਂ ਸਾਨੂੰ ਨਹੀਂ ਪਸੰਦ, ਭਾਵੇਂ ਆਪਾਂ ਕਾਲੇ ਚੋਰ ਨੂੰ ਦੇ ਦਈਏ, ਭਾਵੇਂ ਜਿਹਨੂੰ ਮਰਜ਼ੀ ਦੇ ਦਈਏ, ਕਮ ਸੇ ਕਮ ਤੁਹਾਡਾ ਫਰਜ਼ ਬਣਦਾ ਸੀ ਕਿ ਨਹੀਂ? ਬਣਦਾ ਸੀ ਬਰਾਬਰ ਸਮਾਨ ਵੰਡੋ। ਨਹੀਂ ਤੇ ਕੱਢੀਆਂ ਕਿਦੋਂ? ਉਦੋਂ ਦੀਆਂ ਜਦੋਂ ਸਾਂਝੇ ਘਰ 'ਚ ਉਦੋਂ ਦਾ ਤਾਂ ਕੋਈ ਸਮਾਨ ਕੱਢਿਆ ਨਹੀਂ, ਨਿਕਲ ਤੇ ਹੋਣੀ ਡਿਆ ਵਾ ਬਾਹਰ। ਨਹੀਂ ਬਹਿ ਜਾ ਚੁੱਪ ਕਰਕੇ, ਕਈ ਚੀਜ਼ਾਂ ਤੁਹਾਨੂੰ ਮੈਂ ਦੇਣੀ ਆ, ਉਦੋਂ ਤੁਹਾਨੂੰ ਉਹਨਾਂ ਵੇਲੇ ਦੇ ਚੀਜ਼ਾਂ ਤੇ ਪਸੰਦ ਨਹੀਂ ਆਉਂਦੀ। ਸਾਨੂੰ ਤਾਂ ਕੋਈ ਚੇਤਾ ਨਹੀਂ ਕਿਹੜੇ ਵੇਲੇ ਸਮਾਨ ਦਿੱਤਾ ਤੇ ਕਿਹੜੇ ਵੇਲੇ ਨਹੀਂ ਦਿੱਤਾ। ਤੁਹਾਨੂੰ ਕੁਝ ਵੀ ਦੇਣਾ, ਸਾਨੂੰ ਕੋਈ ਤਾਂ ਮਰੀ ਨਹੀਂ ਹੁੰਦਾ ਹੈਗਾ, ਸਾਨੂੰ ਸਾਰੇ ਦੀ ਲੋੜ ਨਹੀਂ। ਛੇਲਾ ਇਹਨਾਂ ਨੂੰ ਹੋਰ ਭੂੰਡਾ ਦੀ ਖੱਖਣ ਨੂੰ। ਆਹੋ ਆਪਾਂ ਭੂੰਡਾ ਦੀ ਖੱਖਰ ਆ, ਬਸ ਇਹੀ ਸੁਕੜ ਸਿਆਣੀ ਤੁਹਾਡੇ ਕੋਲ ਸਿਰ ਲੱਗੀ ਹੈ। ਹਾਂ ਇਹੋ ਹੀ ਸਿਆਣੀ ਆ। ਲਕਾ ਕੇ ਨਾ ਇਹਨੂੰ ਤੇ ਪੇਟੀ 'ਚ ਰੱਖ ਲਓ, ਚੰਗਾ ਇਹਨੂੰ ਹਵਾ ਨਾ ਕਿਤੇ ਬਾਹਰ ਲੱਗ ਜੇ। ਨਹੀਂ ਰੱਖ ਲੂੰਗੀ ਪੇਟੀ 'ਚ, ਤੈਨੂੰ ਕਹਦਾ ਦੁੱਖ ਆ ਇਹ ਗੱਲ ਦਾ। ਕੋਈ ਗੱਲ ਨਹੀਂ, ਥੋੜਾ ਹੀ ਟਾਈਮ ਆ, ਕੱਢ ਲਓ, ਛੇਤੀ ਲੱਥ ਜਾਣਾ ਤੁਹਾਡੇ ਗਲੋਂ। ਨਹੀਂ ਸ਼ੁਕਰ ਹੀ ਕਰਾਂਗੇ ਜਿੱਦਣ ਗਲੋਂ ਲੱਥੇਗੀ, ਚੰਗਾ ਉਹ ਦਿਨ ਤੇ ਕਦਾ ਪਤਾ ਨਹੀਂ ਕਦੋਂ ਆਉਣਾ ਹੀ ਆ, ਡੀਕਣ ਹੀ ਰਹੇ ਵੀ ਛੇਤੀ ਆਏ। ਛੇਤੀ ਆਊਗਾ, ਮੈਂ ਵੀ ਸ਼ੁਕਰ ਹੀ ਕਰੂੰਗੀ ਜਦੋਂ ਇੱਥੋਂ ਨਿਕਲੂੰਗੀ ਗੰਦ ਚੋਂ। ਚਲੋ ਸੰਦੀਪ ਚੁੱਪ ਕਰਕੇ ਬਹਿ ਜਾ, ਇਹ ਗਿੱਜੀਆਂ ਰੋਜ਼ ਤਮਾਸ਼ਾ ਲਾਉਣ, ਇਹਨਾਂ ਦੇ ਤਾਂ ਸਿਰ ਲੋਹੇ ਦੇ ਬਣੇ, ਸਾਡੇ ਕੋਲ ਥੋੜੀ ਬੋਲਿਆ ਜਾਂਦਾ। ਨਹੀਂ ਗੰਦ ਦਾ ਕੀ ਮਤਲਬ ਹੋਇਆ? ਨਹੀਂ ਗੰਦ ਦਾ ਕੀ ਮਤਲਬ? ਮੰਮੀ ਇਹਨੂੰ ਚੁੱਪ ਕਰਕੇ ਲੈ ਜਾਂਦੇ ਤੇ ਮੈਂ ਫੜ ਲੈਣਾ ਤੇ ਮੈਂ ਭੁੱਲ ਜਾਣਾ ਜੇ ਕਿ ਇਹ ਜਿਹੜਾ ਹੈ ਉਹਨੂੰ ਮੈਂ ਮਾਰ ਕੇ ਜੀ ਪੇੜ ਉੱਤੇ ਨੂੰ ਸੁੱਟਣਾ ਤੇ ਨੂੰ ਪੇੜ ਤੇ ਐਨੀ ਕਿ ਜਿੰਨੀ ਚਾਹਤੀ ਹੈ ਆਪਾਂ ਗੰਦ ਹੋ ਗਈਆਂ, ਪਹਿਲਾਂ ਲਿਆਂਦਾ ਕਾਤੋ ਜੀ ਉਹਨੂੰ ਵਿਆਹ ਕੇ। ਮਾਈਏ ਜਿੱਦਣ ਪਾਣੀ ਵਾਰਿਆ ਸੀ ਉਦਣ ਗੰਦ ਨਹੀਂ ਨਜ਼ਰ ਆਇਆ ਵੀ ਗੰਦ ਵਾਕ ਜਾ ਕੀ ਆ? ਨਹੀਂ ਮੈਨੂੰ ਕੀ ਪਤਾ ਸੀ ਤੁਸੀਂ ਐਡੀਆਂ ਵੱਡੀਆਂ ਚੜੇਲਾਂ ਜੇ, ਪਾਣੀ ਤੇ ਵਾਰਨਾ ਸੀ ਮੈਂ। ਚੱਲ ਹੁਣ ਲੱਗ ਗਿਆ ਨਾ ਪਤਾ, ਹੁਣ ਬਚ ਕੇ ਰਿਹਾ ਚੜੇਲਾਂ ਕੋ ਫਿਰ। ਚੱਲ ਜੀ ਤੱਕ ਨਹੀਂ ਸੰਦੀਪ ਤੂੰ ਤਾਂ ਚੁੱਪ ਹੀ ਰਹਿਣਾ, ਤੂੰ ਲੱਗੀ ਵੱਡੀ ਮੇਰੀ ਸਹੇਲੀ ਬਣਨ। ਹਾਏ ਤੂੰ ਹੀ ਬਚ ਕੇ ਬਹਿ ਜਾ ਚੰਗਾ, ਤੈਨੂੰ ਮੈਂ ਸਗੋਂ ਕਹਿੰਦੀ ਬਹਿ ਜਾ ਤੇ ਲਈ ਮੈਂ ਪਾਣੀ, ਤੂੰ ਮੇਰੀ ਸਗੀ ਨਾ ਹੀ ਬਣ ਤੇ ਨਾ ਮੈਨੂੰ ਪਾਣੀ ਦੇ, ਤੂੰ ਮੈਨੂੰ ਪਾਣੀ ਵਿੱਚ ਜ਼ਹਿਰ ਪਾ ਕੇ ਦੇ, ਤੇਰਾ ਕੀ ਭਰੋਸਾ? ਆਹੋ ਅੱਗੇ ਤੇ ਸਾਰੇ ਟੱਬਰ ਨੂੰ ਮੈਂ ਇੱਥੇ ਮਾਰਤਾ, ਤੂੰ ਗੱਲੀ ਬਚੀ ਰਹਿ ਗਈ ਆ, ਜਾ ਚੱਲ ਜਾ। ਚੱਲਨੀ ਆ ਮੈਂ, ਨਹੀਂ ਜਾ ਨਹੀਂ ਚੱਲਨੀ ਆ, ਬਹਿ ਜਾ ਇੱਥੇ ਅਈ ਵੱਡੀ ਮੈਨੂੰ ਪਾਣੀ ਪਿਆਲਣ ਵਾਲੀ, ਤੇ ਅੱਗੋਂ ਮੈਂ ਪਾਣੀ ਪੀਨੀ ਆ ਜਰੀ ਕਾ।